ਤੁਸੀਂ ਦੇਖ ਰਹੇ ਹੋ ਫਾਸਟ ਨਿਊਜ਼ ਟੁਡੇ ਅੱਜ ਸੰਤ ਬਾਬਾ ਛੋਟਾ ਸਿੰਘ ਜੀ ਦੀ ਬਰਸੀ ਨੂੰ ਯਾਦ ਕਰਦੇ ਹੋਏ ਅੱਜ ਗੁਰਦੁਆਰਾ ਪੱਠਾ ਸਾਹਿਬ 'ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਪਹੁੰਚੇ ਹੋਏ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਬਾ ਜੀ ਪਹਿਲਾਂ ਤਾਂ ਬਰਸੀ ਦੇ ਮੌਕੇ 'ਤੇ ਪਹੁੰਚੇ ਹੋ ਕੀ ਸੰਦੇਸ਼ ਦੇਵਾਂਗੇ ਤਾਂ ਦੇਖੋ ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਛੇਵੇਂ ਗੁਰੂ ਨਾਨਕ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਔਰ ਗੁਰੂ ਘਰ ਦੇ ਸੇਵਾਦਾਰ ਬਾਬਾ ਛੋਟਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਇਹ ਸਮਾਗਮ ਹੋ ਰਹੇ ਆ ਸੋ ਇੱਥੇ ਬਾਬਾ ਗੁਲਜ਼ਾਰ ਸਿੰਘ ਜੀ ਜੋ ਸੇਵਾ ਕਰ ਰਹੇ ਆ ਸੰਗਤਾਂ ਦੇ ਸਹਿਯੋਗ ਨਾਲ ਉਹਨਾਂ ਵੱਲੋਂ ਹੁਕਮ ਹੋਇਆ ਸੀ ਔਰ ਮੈਂ ਦਰਸ਼ਨ ਦਿਦਾਰੇ ਕਰਨ ਨੂੰ ਪਹੁੰਚਿਆ ਬਹੁਤ ਵੱਡੀ ਗਿਣਤੀ 'ਚ ਸੰਗਤਾਂ ਇੱਥੇ ਆਈਆਂ ਨੇ ਪਹੁੰਚੀਆਂ ਨੇ ਕਥਾ ਕੀਰਤਨ ਦਰਬਾਰ ਹੋ ਰਿਹਾ ਔਰ ਨਾਲ ਹੀ ਜਿਸ ਤਰ੍ਹਾਂ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਦਰਖਤ ਲਾਏ ਗਏ ਪੌਦੇ ਲਾਏ ਗਏ ਆ ਅੱਜ ਕਿਉਂਕਿ ਇਸ ਚੀਜ਼ ਦੀ ਲੋੜ ਹੈ ਮੈਂ ਸਮਝਦਾ ਆਪਣੀ ਆਬੋ ਹਵਾ ਨੂੰ ਜੋ ਜ਼ਹਿਰੀਲੀ ਹੋ ਰਹੀ ਹੈ ਉਹਨੂੰ ਬਚਾਉਣ ਵਾਸਤੇ ਜਿਵੇਂ ਪਿਛਲੇ ਸਮੇਂ 'ਚ ਆਕਸੀਜਨ ਦੀ ਘਾਟ ਆਈ ਕਿਉਂਕਿ ਅਸੀਂ ਦਰੱਖਤਾਂ ਨੂੰ ਵੱਢੀ ਜਾ ਰਹੇ ਹਾਂ ਜੰਗਲ ਉਜਾੜੀ ਜਾ ਰਹੇ ਹਾਂ ਪਰ ਨਵੇਂ ਦਰੱਖਤ ਨਹੀਂ ਲਾਉਂਦੇ ਸਾਨੂੰ ਨਵੇਂ ਦਰੱਖਤ ਜਿਉਂਦਾ ਪਹਿਲਾਂ ਸੀਗਾ ਕਿ ਹਰ ਮਨੁੱਖ ਲਾਵੇ ਇੱਕ ਰੁੱਖ ਅੱਜ ਚਾਹੀਦਾ ਕਿ ਹਰ ਮਨੁੱਖ ਲਾਵੇ 10 ਰੁੱਖ ਸਾਨੂੰ ਇਹ ਜਿਹੜੀ ਮੁਹਿੰਮ ਆ ਜਿਹੜੀ ਚਲਾਉਣੀ ਚਾਹੀਦੀ ਆ ਔਰ ਕਰੋਨਾ ਮਹਾਂਮਾਰੀ ਦਾ ਸਮਾਂ ਚੱਲ ਰਿਹਾ ਇਹਦੇ 'ਚ ਬੜੀ ਸਾਨੂੰ ਸਾਵਧਾਨੀ ਵਰਤਣ ਦੀ ਵੀ ਲੋੜ ਆ ਔਰ ਕਿਸਾਨੀ ਸੰਘਰਸ਼ ਚੱਲ ਰਿਹਾ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਅਤੇ ਕੇਂਦਰ ਦੀ ਗੱਲਬਾਤ ਵੀ ਰੁਕੀ ਹੋਈ ਸੀ ਉਹਦੇ ਵਾਸਤੇ ਸਾਨੂੰ ਕਿਸਾਨਾਂ ਨੇ ਹੁਕਮ ਲਾਇਆ ਕਿਸਾਨ ਆਗੂਆਂ ਨੇ ਜਿਹੜੇ ਸਾਡੀ ਸੰਸਥਾ ਦੇ ਵੀ ਅਹੁਦੇਦਾਰ ਆ ਤਾਂ ਅਸੀਂ ਮਤਾ ਪਾਸ ਕਰਕੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਅਤੇ ਕਿਸਾਨਾਂ ਦੀ ਰੁਕੀ ਹੋਈ ਗੱਲਬਾਤ ਨੂੰ ਸ਼ੁਰੂ ਕਰਾਇਆ ਜਾਵੇ ਕਿਉਂਕਿ 26 ਜਨਵਰੀ ਤੋਂ ਬਾਅਦ ਕਿਸਾਨ ਅਤੇ ਕੇਂਦਰ ਇੱਕ ਮੇਜ਼ 'ਤੇ ਨਹੀਂ ਬੈਠ ਸਕੇ ਉਹਨਾਂ ਨੂੰ ਇੱਕ ਮੇਜ਼ 'ਤੇ ਬਿਠਾਉਣ ਦਾ ਸੁਹਿਰਦ ਯਤਨ ਕੀਤਾ ਜਿਹਦੀ ਦੁਨੀਆ ਭਰ 'ਚੋਂ ਸਾਨੂੰ ਐਪਰੀਸ਼ੀਏਟ ਕੀਤਾ ਗਿਆ ਸ਼ਲਾਘਾ ਹੋਈ ਹੈ ਪਰ ਮੈਂ ਸਮਝਦਾ ਕਈ ਜਿਹੜੇ ਧੜੇਬਾਜ਼ ਲੋਕ ਆ ਪਾਰਟੀਆਂ ਜਾਂ ਈਰਖਾ ਜਾਂ ਸੌੜੀ ਸੋਚ ਰੱਖਦੇ ਆ ਉਹਨਾਂ ਨੇ ਇਸ ਗੱਲ 'ਤੇ ਕਮੈਂਟਬਾਜ਼ੀ ਕਰਨ ਦਾ ਵੀ ਯਤਨ ਕੀਤਾ ਪਰ ਕਿਸੇ ਵੀ ਜਥੇਬੰਦੀ ਕਿਸਾਨ ਆਗੂ ਨੇ ਇਸ ਦੇ ਵਿਰੁੱਧ ਨਹੀਂ ਉਹਨਾਂ ਨੇ ਸਗੋਂ ਸਵਾਗਤ ਕੀਤਾ ਪਿਛਲੇ ਦਿਨੀ ਉਗਰਾਹਾਂ ਸਾਹਿਬ ਦਾ ਬਿਆਨ ਵੀ ਆਇਆ 9 ਮੈਂਬਰੀ ਕਮੇਟੀ 40 ਮੈਂਬਰੀ ਕਮੇਟੀ ਕੋਲ ਵੀ ਉਹਨਾਂ ਨੇ ਵੀ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਆ ਅਤੇ ਆਪਣੇ ਆਜ਼ਾਦ ਫੈਸਲੇ ਲੈ ਸਕਦੀ ਆ ਕਿਸੇ ਕਿਸਾਨ ਆਗੂ ਨੇ ਮਿਲਣਾ ਵਾ ਸਰਕਾਰ ਨੂੰ ਬੀਜੇਪੀ ਦੇ ਮੰਤਰੀ ਜਾਂ ਮੁੱਖ ਮੰਤਰੀ ਨੂੰ ਤਾਂ ਉਹ ਆਪਣੇ ਸੰਯੁਕਤ ਮੋਰਚੇ ਤੋਂ ਇਜਾਜ਼ਤ ਲੈ ਕੇ ਮਿਲਣ ਸੋ ਇਹਦੇ ਵਾਸਤੇ ਮੈਂ ਸਮਝਦਾ ਕਿ ਸੁਹਿਰਦ ਯਤਨ ਆ ਅੱਗੇ ਫਲ ਪਰਮਾਤਮਾ ਨੇ ਲਾਉਣਾ ਅਸੀਂ ਵੀ ਕਿਸਾਨ ਹਾਂ ਸਾਡੀ ਕੋਸ਼ਿਸ਼ ਆ ਕਿ ਕੇਂਦਰ ਅਤੇ ਕਿਸਾਨਾਂ ਦੀ ਰੁਕੀ ਗੱਲਬਾਤ ਮੁੜ ਸ਼ੁਰੂ ਹੋਵੇ ਕਿਉਂਕਿ ਗੱਲਬਾਤ ਨਾਲ ਹੀ ਮਸਲੇ ਦਾ ਹੱਲ ਹੁੰਦਾ ਗੱਲਬਾਤ ਕਿਸਾਨਾਂ ਨੇ ਅਤੇ ਕੇਂਦਰ ਨੇ ਹੀ ਕਰਨੀ ਆ ਪਰ ਸਾਡੀ ਕੋਸ਼ਿਸ਼ ਆ ਕਿ ਵਿਦਆਊਟ ਕੰਡੀਸ਼ਨ ਗੱਲਬਾਤ ਸ਼ੁਰੂ ਹੋਵੇ ਨਾ ਕਿਸਾਨਾਂ ਵੱਲੋਂ ਨਾ ਕੇਂਦਰ ਵੱਲੋਂ ਕੋਈ ਕੰਡੀਸ਼ਨ ਹੋਵੇ ਅਤੇ ਬੈਠ ਕੇ ਮਸਲੇ ਦਾ ਹੱਲ ਕੀਤਾ ਜਾਵੇ ਕਿਉਂਕਿ ਸਾਡੇ ਬਜ਼ੁਰਗ ਬੇਬੇ ਬਾਪੂ ਨੌਜਵਾਨ ਔਰ ਸਾਡੇ ਬੱਚੇ ਬੱਚੀਆਂ 7 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਜਿਹੜੇ ਬਾਰਡਰਾਂ 'ਤੇ ਬੈਠੇ ਆ ਸੈਂਕੜੇ ਸਾਡੇ ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਸੋ ਇਹ ਗੱਲਬਾਤ ਕਰਕੇ ਮੋਰਚੇ ਨੂੰ ਸਫਲ ਅਤੇ ਸਮਾਪਤ ਕਰਨ ਵਾਲੇ ਪਾਸੇ ਸਾਨੂੰ ਸੁਹਿਰਦ ਯਤਨ ਕਰਨੇ ਚਾਹੀਦੇ ਆ ਕਿ ਸਾਡੇ ਕਿਸਾਨ ਜਿਹੜੇ ਆ ਕਿਸਾਨ ਸੰਘਰਸ਼ ਨੂੰ ਸਫਲ ਕਰਕੇ ਜਿੱਤ ਦੇ ਜਕਾਰੇ ਲਾਉਂਦੇ ਆਪਣੇ ਘਰਾਂ ਨੂੰ ਪਰਤਣ ਮੈਂ ਇਹੀ ਸੰਗਤਾਂ ਨੂੰ ਬੇਨਤੀ ਕੀਤੀ ਆ ਕਿ ਭਾਈ ਆਓ ਇਹਦੇ ਵਾਸਤੇ ਆਪਾਂ ਉਪਰਾਲੇ ਕਰੀਏ ਯਤਨਸ਼ੀਲ ਹੋਈਏ ਆਪਣੀ ਆਬੋ ਹਵਾ ਨੂੰ ਜਿਹੜਾ ਸਾਫ਼ ਸੁਥਰੀ ਕਰਨ ਵਾਸਤੇ ਉਹਦੇ ਵਾਸਤੇ ਵੀ ਯਤਨ ਕਰੀਏ ਨਸ਼ਿਆਂ ਤੋਂ ਰਹਿਤ ਸਮਾਜ ਸਿਰਜਣ ਵਾਸਤੇ ਵੀ ਯਤਨ ਕਰੀਏ ਅਤੇ ਆਪਣੇ ਗੁਰੂ ਨਾਲ ਜੁੜ ਕੇ ਕਿਉਂਕਿ ਗੁਰਬਾਣੀ ਦਾ ਗੁਰਸਿੱਖੀ ਦਾ ਜਿਹੜਾ ਸਿਧਾਂਤ ਆ ਉਹ ਬੜਾ ਸਾਫ਼ ਸੁਥਰਾ ਦੁਨੀਆ ਦੇ ਸਾਹਮਣੇ ਤਾਂ ਹੀ ਦੁਨੀਆ ਗੁਰਬਾਣੀ ਗੁਰਮਤ ਦੇ ਸਿਧਾਂਤ ਨੂੰ ਨਤਮਸਤਕ ਹੁੰਦੀ ਹੈ ਕੀ ਲੱਗਦਾ ਹੈ ਲੰਬਾ ਸਮਾਂ ਹੋ ਗਿਆ 7 ਮਹੀਨੇ ਤੋਂ ਜ਼ਿਆਦਾ ਟਾਈਮ ਹੋ ਗਿਆ ਲੱਗਦਾ ਤੁਹਾਨੂੰ ਕਿ ਸਰਕਾਰ ਝੁਕੂਗੀ ਜਾਂ ਕੋਈ ਗੱਲ ਰਾਹ ਪਊਗੀ ਦੇਖੋ ਦੋਨੋਂ ਪਾਸੋਂ ਸਾਨੂੰ ਬੜਾ ਹਾਂ ਪੱਕੀ ਹੁੰਗਾਰਾ ਆਇਆ ਜਦੋਂ ਮੁੱਖ ਮੰਤਰੀ ਨੂੰ ਮਿਲੇ ਸੀ ਇੱਕ 18 ਮੈਂਬਰੀ ਵਫਦ ਤਾਂ ਮੁੱਖ ਮੰਤਰੀ ਨੇ ਵੀ ਹਾਂ ਪੱਕੀ ਹੁੰਗਾਰਾ ਦਿੱਤਾ ਕਿ ਮੈਂ ਖੁਦ ਯਤਨਸ਼ੀਲ ਹਾਂ ਕਿ ਜਿਹੜਾ ਹੈਗਾ ਮਸਲਾ ਹੱਲ ਹੋਣਾ ਚਾਹੀਦਾ ਔਰ ਜਦੋਂ ਕਿਸਾਨਾਂ ਦੀ 9 ਮੈਂਬਰੀ ਕਮੇਟੀ ਨੂੰ ਸਾਡੀ 5 ਮੈਂਬਰੀ ਕਮੇਟੀ ਮਿਲੀ ਅਤੇ ਉਹਨਾਂ ਨੇ ਵੀ ਜਿਹੜਾ ਸਾਡਾ ਲੈਟਰ ਸੀ ਰਿਸੀਵ ਕੀਤਾ ਅਤੇ 40 ਮੈਂਬਰੀ ਨੇ ਵੀ ਰਿਸੀਵ ਕੀਤਾ ਅਤੇ ਉਗਰਾਹਾਂ ਸਾਹਿਬ ਜਿਹੜੇ ਵੱਡੇ ਕਿਸਾਨ ਆਗੂ ਆ ਉਹਨਾਂ ਨੇ ਵੀ ਸਵਾਗਤ ਕੀਤਾ ਵੀ ਕੋਈ ਵੀ ਗੱਲਬਾਤ ਸ਼ੁਰੂ ਕਰਾਉਣ 'ਚ ਯਤਨ ਕਰੇ ਅਸੀਂ ਉਹਦੀ ਸ਼ਲਾਘਾ ਕਰਦੇ ਹਾਂ ਤੋ ਸਾਡਾ ਯਤਨ ਆ ਅੱਗੇ ਫਲ ਪਰਮਾਤਮਾ ਨੇ ਲਾਉਣਾ ਸਾਡੀ ਕੋਸ਼ਿਸ਼ ਆ ਕਿ ਕੇਂਦਰ ਅਤੇ ਕਿਸਾਨ ਟੇਬਲ ਟਾਕ 'ਤੇ ਆਉਣ ਉਹ ਇੱਕ ਮੇਜ਼ 'ਤੇ ਬੈਠਣ ਮਸਲੇ 'ਤੇ ਗੱਲਬਾਤ ਹੋਵੇ ਇੱਕ ਦੂਜੇ ਦੀ ਤਸੱਲੀ ਕਰਾਉਣ ਅਤੇ ਫਿਰ ਮੋਰਚਾ ਜਿਹੜਾ ਉਹ ਸਫਲ ਹੋਵੇ ਸਮਾਪਤ ਤੁਹਾਡੀ ਮੁਲਾਕਾਤ ਤੋਂ ਬਾਅਦ ਕਾਫੀ ਜਿਵੇਂ ਸੋਸ਼ਲ ਮੀਡੀਆ 'ਤੇ ਕਿੰਤੂ ਪ੍ਰੰਤੂ ਹੋਏ ਕਮੈਂਟਬਾਜ਼ੀ ਹੋਈ ਜਿਵੇਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਹੈਗਾ ਕਿਉਂ ਵਿਰੋਧ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਹੋਰ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਨੇ ਜਿਹੜਾ ਲੰਗਰਾਂ ਦੀ ਸੇਵਾ ਜਾਂ ਹੋਰ ਬਹੁਤ ਸਾਰੀਆਂ ਸੇਵਾਵਾਂ ਕੀਤੀਆਂ ਕਿ ਬਾਬਾ ਬਲਜੀਤ ਸਿੰਘ ਜੀ ਦੀ ਕੀ ਸੇਵਾ ਰਹੀ ਆ ਦੇਖੋ ਇਹ ਜਿਹੜੇ ਬੰਦੇ ਹੁੰਦੇ ਸ਼ਰਾਰਤੀ ਹੁੰਦੇ ਕਈ ਅੱਜ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਉਹਦੇ ਕਰਕੇ ਕਈ ਵਗਦੀ ਗੰਗਾ 'ਚ ਹੱਥ ਧੋਣਾ ਚਾਹੁੰਦੇ ਆ
कई बादलों के अहदेदार ने वो अज किसान आगू बन के लोगों गुमराह करके पैसे इकट्ठे कर रहे हैं। उन्हां लोगों ने बयानबाजी की किसी किसान आगू ने किसान जथेबंदी ने नहीं की, बाकी उहदे तो सानू सर्टिफिकेट लैण दी लोड़ नहीं कि असी की सेवा निभाई है। साढ़े महीना भर उत्थे सिंघू बॉर्डर टिकरी बॉर्डर से मैडिकल कैंप चले आ, डॉक्टरां दीआं टीमां गई, लंगर की सेवा लंगरां ची सब आ के आया। मैं खुद टिकरी बॉर्डर जिहड़ा खेती बचाओ सेवा समिति लगी हुई रतिया तो लंगर चल रहा उत्थे हिस्सा भी पा के आया, बोल के भी आया, अखंडपुरा साहब भी होया, संयुक्त मोर्चे की स्टेज पर भी मैं बोल के आया। मैंने संयुक्त मोर्चे की स्टेज तो किसानों ने संगत च बैठे नूं सद्दा दे के बुला के उत्थे बुलाया। सो कुछ बंदे हैगे जिहड़े ईरखा द्वैस की अग्ग छड़े हुए, जिहड़े कातल ते कुकर्मी बलात्कारी बंदे जिन्हां ते बलात्कार दीआं FIR दर्ज होईआं होण, उह दस्सणगे कि हरियाणा कमेटी ने की करना की नहीं करना। उहनां लोकां दी कमेंटबाजी आ, कईआं दी वैसे व्यक्तिगत जिहड़ा विरोध करके वो इस तरह की बयानबाजी कर रहे हैं। बाकी किसान आगूआं ने स्वागत किया वा, संगतां ने स्वागत किया तो पूरे संसार दे विच्चों इस गल का स्वागत होया। बहुत बहुत धन्यवाद जी। सन बाबा बलजीत सिंह जी दादूवाल जिन्होंने कहा है कि किसानों का जिहड़ा लंबा संघर्ष है वो चल रहा है, उसनों सिरे चढ़ाने वास्ते गलबात मुख्यमंत्री नाल मुलाकात की सी। काफ़ी है जिहड़ा उन्होंने लगता है कि जल्दी है जिहड़ा कोई ना कोई निचोड़ निकलूगा। उस नाल ही उन्होंने कहा है कि कुछ लोग जिहड़े इस तरह के किंतु परंतु करते हैं, उत्थे सिख जथेबंदियां ने इन्हां दे मुख्यमंत्री नाल मुलाकात की सलाघा भी की है। वो चाहते हैं कि जल्दी से जल्दी जिहड़े किसानों का मसला वो भी हल होवे। तुसीं देखदे रहो फर्स्ट न्यूज़ टुडे।